सत्रकाल नमस्कार आदाब ਤੁਸੀਂ ਵੇਖ ਰਹੇ ਹੋ ਦੇਸੀ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਹੋਈ ਲੇਟੈਸਟ ਅਪਡੇਟ ਵੈਲ ਇਹ ਅਪਡੇਟ ਜੁੜੀ ਹੋਈ ਹੈ ਵਨ ਐਂਡ ਓਨਲੀ ਪਰਮੇਸ਼ ਵਰਮਾ ਦੇ ਨਾਲ ਤੇ ਦੱਸ ਦਈਏ ਕਿ ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਆਵਾਜ਼ਾਂ ਦੇ ਵਿੱਚੋਂ ਇੱਕ ਗੁਰਲੇਜ਼ ਅਖਤਰ ਦੇ ਨਾਲ ਦੱਸ ਦਈਏ ਕਿ ਇਹਨਾਂ ਦਾ ਆਉਣ ਵਾਲਾ ਗਾਣਾ ਹੈ ਜਿਸ ਦੇ ਬਾਰੇ ਹਾਲ ਹੀ ਦੇ ਵਿੱਚ ਪਰਮੇਸ਼ ਵਰਮਾ ਨੇ ਸਟੋਰੀ ਦੇ ਜ਼ਰੀਏ ਸ਼ੇਅਰ ਕੀਤਾ ਹਾਲ ਹੀ ਦੇ ਵਿੱਚ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਦੇ ਘਰ ਇੱਕ ਨੰਨੀ ਧੀ ਨੇ ਵੀ ਜਨਮ ਲਿਆ ਉਸ ਦੇ ਬਾਰੇ ਵੀ ਪਰਮੇਸ਼ ਵਰਮਾ ਨੇ ਸਟੋਰੀ ਦੇ ਵਿੱਚ ਸ਼ੇਅਰ ਕਰਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਤੇ ਸਟੋਰੀ ਨੂੰ ਸ਼ੇਅਰ ਕਰਦਿਆਂ ਹੋਇਆਂ ਪਰਮੇਸ਼ ਨੇ ਲਿਖਿਆ ਕੰਗ੍ਰੈਚੁਲੇਸ਼ਨਸ ਗੁਰਲੇਜ਼ ਅਖਤਰ ਮੈਮ ਬਲੈਸਿੰਗ ਵਿਦ ਐਨ ਏਂਜਲ ਤੇ ਨਾਲ ਦੀ ਨਾਲ ਉਹਨਾਂ ਤਸਵੀਰ ਵੀ ਸਾਂਝੀ ਕੀਤੀ ਹੈ ਇਸ ਤੋਂ ਇਲਾਵਾ ਹੁਣ ਜੇਕਰ ਗਾਣੇ ਦੀ ਗੱਲ ਕੀਤੀ ਜਾਵੇ ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਰੀਜਨ ਦੁਆਬਾ ਮਾਲਵਾ ਮਾਝਾ ਤੇ ਪੁਆਧ ਨੇ ਤੇ ਦੱਸਦੀ ਕਿ ਹਾਲ ਹੀ ਦੇ ਵਿੱਚ ਪਰਮੇਸ਼ ਵਰਮਾ ਨੇ ਸ਼ੇਅਰ ਕੀਤਾ ਕਿ ਇਸ ਗਾਣੇ ਦੇ ਵਿੱਚ ਦੁਆਬਾ ਦੁਆਬਾ ਹੋਣੀ ਹੈ ਤੇ ਉਹਨਾਂ ਸਟੋਰੀ ਸ਼ੇਅਰ ਕਰਦਿਆਂ ਹੋਇਆਂ ਲਿਖਿਆ ਹੈ ਕਾਂਟ ਵੇਟ ਫਾਰ ਦਿਸ ਸੌਂਗ ਨਾਲ ਅਮਿਤ ਕੁਮਾਰ ਗੁਰਲੇਜ਼ ਅਖਤਰ ਤੇ ਯੇਸ਼ਾ ਸਾਗਰ ਨੂੰ ਟੈਗ ਕੀਤਾ ਤੇ ਉਹਨਾਂ ਲਿਖਿਆ ਹੈ ਕਿ ਮਾਰਚ ਵਿੱਚ ਦੁਆਬਾ ਦੁਆਬਾ ਕਰ ਦੇਣਾ ਯਾਨੀ ਕਿ ਇਹ ਮਾਰਚ ਵਿੱਚ ਗੀਤ ਜਿਹੜਾ ਰਿਲੀਜ਼ ਹੋਣ ਵਾਲਾ ਹੈ ਦੱਸ ਦਈਏ ਕਿ ਇਸ ਤੋਂ ਇਲਾਵਾ ਇੱਕ ਹੋਰ ਸਟੋਰੀ ਵੀ ਪਰਮੇਸ਼ ਵਰਮਾ ਨੇ ਸ਼ੇਅਰ ਕੀਤੀ ਹੈ ਆਪਣੇ ਇੰਸਟਾਗ੍ਰਾਮ ਤੇ ਜਿੱਥੇ ਅਸੀਂ ਅਮਿਤ ਕੁਮਾਰ ਨੂੰ ਦੇਖ ਸਕਦੇ ਹਾਂ ਅਮਿਤ ਕੁਮਾਰ ਦਾ ਡੁਏਟ ਆ ਰਿਹਾ ਹੈ ਗੁਰਲੇਜ਼ ਅਖਤਰ ਜੀ ਦੇ ਨਾਲ ਇਹ ਕਹਿੰਦੇ ਹੋਏ ਸਾਨੂੰ ਪਰਮੇਸ਼ ਵਰਮਾ ਸੁਣਾਈ ਦੇ ਰਹੇ ਨੇ ਤੇ ਦੱਸ ਦਈਏ ਸਟੋਰੀ ਦੇ ਵਿੱਚ ਉਹਨਾਂ ਇਹ ਵੀ ਦੱਸਿਆ ਹੈ ਕਿ ਇਸ ਗੀਤ ਨੂੰ ਬਣਾਉਂਦੇ ਹੋਏ ਉਹਨਾਂ ਨੂੰ 1 ਸਾਲ ਤੋਂ 1.5 ਸਾਲ ਤੱਕ ਦਾ ਸਮਾਂ ਹੋ ਗਿਆ ਹੈ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਗੀਤ ਕਿੰਨਾ ਸਪੈਸ਼ਲ ਹੋਵੇਗਾ ਇਸ ਗੀਤ ਦੇ ਵਿੱਚ ਸਾਨੂੰ ਯਸ਼ਾ ਨਜ਼ਰ ਆਵੇਗੀ ਫੀਮੇਲ ਲੀਡ ਨਿਭਾਉਂਦੇ ਹੋਏ ਤੇ ਦੱਸ ਦਈਏ ਕਿ ਸਨੈਪੀ ਨੇ ਇਸ ਗਾਣੇ ਦੀਆਂ ਬੀਟਸ ਦਿੱਤੀਆਂ ਨੇ ਯਾਨੀ ਕਿ ਮਿਊਜ਼ਿਕ ਹੋਣ ਵਾਲਾ ਹੈ ਸਨੈਪੀ ਦਾ ਜਿਨ੍ਹਾਂ ਨੇ ਆਲਰੇਡੀ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਸੁਪਰ ਹਿੱਟ ਗਾਣੇ ਦਿੱਤੇ ਨੇ ਵੈਲ ਗੁਰਲੇਜ਼ ਅਖਤਰ ਇੱਕ ਇਹੋ ਜਿਹੀ ਆਵਾਜ਼ ਹੈ ਜਿਨ੍ਹਾਂ ਨੇ ਕਈ ਮੇਲ ਸਿੰਗਰਸ ਨੂੰ ਆਪਣੀ ਆਵਾਜ਼ ਦੇ ਨਾਲ ਡੁਏਟ ਕਰਕੇ ਹਿੱਟ ਬਣਾਇਆ ਹੈ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨਵੇਂ ਗਾਣੇ ਲੈ ਕੇ ਆਉਂਦੇ ਨੇ ਤੇ ਦਰਸ਼ਕਾਂ ਨੂੰ ਕਿੰਨੇ ਪਸੰਦ ਆਉਂਦੇ ਨੇ ਤੇ ਗਾਣੇ ਕਿਹੜੇ ਕਿਹੜੇ ਰਿਕਾਰਡ ਤੋੜਦੇ ਨੇ ਵੈਲ ਹੁਣ ਗੁਰਲੇਜ਼ ਅਖਤਰ ਤੇ ਅਮਿਤ ਦੀ ਆਵਾਜ਼ ਵਿੱਚ ਅਸੀਂ ਇਹ ਗੀਤ ਮਾਰਚ ਦੇ ਵਿੱਚ ਸੁਣਾਂਗੇ ਤੇ ਪਰਮੇਸ਼ ਵਰਮਾ ਨੇ ਜਿਵੇਂ ਕਿ ਇਸ ਵੀਡੀਓ ਦੇ ਵਿੱਚ ਵੀ ਦੱਸਿਆ ਹੈ ਕਿ ਉਹ ਗਾਣਾ ਜਿਹੜਾ ਹੈ ਮਾਰਚ ਦੇ ਵਿੱਚ ਪਰਮੇਸ਼ ਵਰਮਾ ਫਿਲਮਸ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਹੋਣ ਵਾਲਾ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਗਾਣਾ ਕਿੰਨੇ ਰਿਕਾਰਡ ਤੋੜਦਾ ਹੈ ਤੁਸੀਂ ਦੱਸੋ ਤੁਸੀਂ ਕਿੰਨੇ ਐਕਸਾਈਟਿਡ ਹੋ ਇਸ ਗੀਤ ਦੇ ਵਾਸਤੇ ਸੋ ਫਿਲਹਾਲ ਦੇ ਲਈ ਬਸ ਇੰਨਾ ਹੀ ਤੇ ਬਾਲੀਵੁੱਡ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟਸ ਤੇ ਵੀਡੀਓਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ।